ਸ਼ੰਭੂ ਤੇ ਖਨੌਰੀ ਬਾਰਡਰ ਤੇ ਫਾਰਮਰ ਪ੍ਰੋਟੈਸਟ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਯਾਚਕਾ ਦਾ ਦੌਰ ਕੋਰਟ ਦੀ ਟਿੱਪਣੀਆਂ ਹੁਣ ਜੁਡੀਸ਼ੀਅਲ ਇਨਕੁਆਇਰੀ ਸ਼ੁਭਕਰਨ ਦੀ ਮੌਤ ਪਿਛਲੇ ਕੁਝ ਸਮਾਂ ਤੋਂ ਜਿਸ ਫਾਰਮਰ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਕਾਫੀ ਉਤਾਰ ਚੜਾਵ ਪ੍ਰੋਟੈਸਟ ਨੇ ਦੇਖੇ ਨੇ ਕੋਰਟ ਨੇ ਵੀ ਕਾਫੀ ਟਿੱਪਣੀਆਂ ਕੀਤੀਆਂ ਨੇ ਭਾਵੇਂ ਉਹ ਟਰੈਕਟਰ ਟਰਾਲੀ ਨੂੰ ਲੈ ਕੇ ਹੋਵੇ ਭਾਵੇਂ ਸ਼ੁਭਕਰਨ ਦੀ ਮੌਤ ਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਭਾਵੇਂ ਪ੍ਰੋਟੈਸਟ ਵਿੱਚ ਬੱਚਿਆਂ ਦਾ ਇਸ਼ੂ ਹੋਵੇ ਆਖਿਰੇ ਪ੍ਰੋਟੈਸਟ ਕਿਸ ਸਾਈਡ ਜਾ ਰਿਹਾ ਹੈ ਔਰ ਪੁਲਿਸ ਦੇ ਉੱਤੇ ਵੀ ਕਾਫੀ ਸਵਾਲ ਨੇ ਅੱਜ ਖਾਸ ਗੱਲਬਾਤ ਕਰਾਂਗੇ ਸਾਰੀ ਸਥਿਤੀ ਨੂੰ ਲੈ ਕੇ ਸਾਡੇ ਨਾਲ ਪੰਜਾਬ ਦੇ ਤੇ ਮਹਾਰਾਸ਼ਟਰ ਦੇ ਫਾਰਮਰ ਡੀਜੀਪੀ ਪਦਮਸ਼ਰੀ ਗੈਲੈਂਟਰੀ ਵਾਰਤੋਂ ਸਨਮਾਨਿਤ ਐਸਐਸ ਵਿਰਖ ਸਾਹਿਬ ਨੇ ਵਿਰਖ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵਿਰਖ ਸਾਹਿਬ ਮੇਰਾ ਸਵਾਲ ਇਹ ਹੀ ਹੈ ਤੁਸੀਂ ਸਾਰੀ ਕਾਰਵਾਈ ਦੇਖਦੇ ਹੋ ਕੋਰਟ ਵਿੱਚ ਵੀ ਮਸਲਾ ਚੱਲ ਰਿਹਾ ਹੈ ਕੋਰਟ ਨੇ ਵੀ ਕਾਫੀ ਤਿੱਖੀ ਤੇ ਤਲਖ ਟਿੱਪਣੀਆਂ ਕੀਤੀਆਂ ਨੇ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਜੁਡੀਸ਼ੀਅਲ ਇਨਕੁਆਇਰੀ ਮਾਰਕ ਹੋ ਚੁੱਕੀ ਹੈ फार्मर प्रोटेस्ट ਜਦੋਂ ਸ਼ੁਰੂ ਹੋਇਆ ਸੀ ਕੁਝ ਹੋਰ ਸੀ ਹੁਣ ਕੁਝ ਹੋਰ ਉਸ ਉਤਾਰ ਚੜਾਵ ਤੇ ਹੈ ਕਿਵੇਂ ਦੇਖਦੇ ਹੋ ਸਾਰੇ ਐਪੀਸੋਡ ਨੂੰ ਅ ਉਮਰ ਸਿੰਘ ਹਸਰਾ ਹੈ ਅਸਲ ਤੋਂ ਪਹਿਲਾਂ ਵੀ ਜਿਹੜਾ ਫਾਰਮਰ ਰੈਜਿਟੇਸ਼ਨ ਹੋਈ ਸੀ ਉਹਦੇ ਵਿੱਚ ਤੇ ਇਸ ਵਾਰੀ ਦੇ ਵਿੱਚ ਬਹੁਤ ਫਰਕ ਹੈ ਜੇ ਤੁਸੀਂ ਦੋਨੋਂ ਹਾਲਾਤ ਸਟੱਡੀ ਕਰੋ ਤੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਦਿੱਲੀ ਰਾਜਸਥਾਨ ਹਰਿਆਣਾ ਵੈਸਟਰਨ ਯੂਪੀ ਹਰ ਜਗ੍ਹਾ ਦੀਆਂ ਜਿਹੜੀਆਂ ਕਿਸਾਨ ਯੂਨੀਅਨ ਸੀ ਉਹ ਸਾਰੇ ਗਰੁੱਪ ਇਕੱਠੇ ਹੋ ਕੇ ਨਾਲੇ ਪੰਜਾਬ ਦੇ ਸਾਰੇ ਗਰੁੱਪ ਇਹ ਜਿਟੇਸ਼ਨ 'ਚ ਬੈਠੇ ਸੀ ਔਰ ਇੱਕ ਬੜੀ ਵੱਡੀ ਜਿਹੀ ਜਿਟੇਸ਼ਨ ਉਹਨਾਂ ਨੇ ਬੜੀ ਦੇਰ ਲੰਮੇ ਸਮੇਂ ਲਈ ਚਲਾਈ ਜਿਹੜੀ ਪੂਰੀ ਤਰ੍ਹਾਂ ਨਾਲ ਸ਼ਾਂਤ ਰਹੀ ਅੱਛਾ ਇੱਥੇ ਦੂਸਰੇ ਪਾਸੇ ਪੰਜਾਬ ਦੀਆਂ ਜੇਤੀ ਬਤੀ ਯੂਨੀਅਨਸ ਹਨ ਉਹਨਾਂ ਦੇ ਵਿੱਚੋਂ ਆਪਸ ਦੇ ਵਿੱਚ ਮਤਭੇਦ ਰਹਿ ਸਿਰਫ ਦੋ ਯੂਨੀਅਨ ਸੀ ਜਿਨ੍ਹਾਂ ਨੇ ਕਾਲ ਦਿੱਤੀ ਔਰ ਅਸੀਂ ਜਾ ਰਹੇ ਹਾਂ ਔਰ ਚੱਲ ਪਏ 30 ਦੇ ਖਰੀਬ ਜਿਹੜੀਆਂ ਯੂਨੀਅਨ ਸੀ ਉਹ ਨਾਲ ਨਹੀਂ ਗਈਆਂ ਉਹਨਾਂ ਨੇ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਭਈ ਹਲੇ ਰੁਕ ਜਾਓ ਸਾਰੇ ਸਲਾਹ ਕਰਕੇ ਜਾਓ ਪਰ ਨਹੀਂ ਸ਼ਾਇਦ ਉਹਦੇ ਅੰਦਰ ਕੋਈ ਡਿਫਰੈਂਸ ਹੋਣਗੇ ਜਾਂ ਕੋਈ ਅਜੰਡਾ ਕਾਮਨ ਨਹੀਂ ਬਣ ਰਿਹਾ ਹੋਵੇਗਾ ਜਿਹਦੇ ਕਰਕੇ ਔਰ ਦੂਸਰਾ ਜਿਹੜੀ ਇਹਨਾਂ ਦੀ ਅੱਜ ਕਿਸਾਨੀ ਕਿਸਾਨ ਐਜੀਟੇਸ਼ਨ ਹਮੇਸ਼ਾ ਉਹਦੇ ਅੱਜ ਤੱਕ ਸ਼ਾਂਤ ਰਹੀ ਪੂਰੀ ਤਰ੍ਹਾਂ ਪੀਸਫੁੱਲ ਰਹੀ ਐਥਲੀ ਉਹਦੇ ਅੰਦਰ ਵਾਇਲੈਂਟ 엘ਿਮੈਂਟਸ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆ ਗਈਆਂ ਨੇ ਔਰ ਸ਼ੰਭੂ ਔਰ ਕਨੋਰੀ ਬਾਰਡਰ ਦੋਹਾਂ ਦੇ ਉੱਤੇ ਉਹਨਾਂ ਨੇ ਪੁਲਿਸ ਦੇ ਨਾਲ ਕਾਫੀ ਅਗਰੈਸਿਵ ਔਰ ਵਾਇਲੈਂਟ ਡਿਮੋਨਸਟ੍ਰੇਸ਼ਨਸ ਕੀਤੀਆਂ ਪੱਥਰबाजी ਵੀ ਹੋਈ ਔਰ ਪੁਲਿਸ ਵੱਲੋਂ ਵੀ ਰਿਐਕਸ਼ਨ ਹੋਇਆ ਜਿਹਦਾ ਰਿਜ਼ਲਟ ਅੱਗੇ ਬੜੀ ਮੰਦਭਾਗੀ ਘਟਨਾ ਚ ਨਿਕਲਿਆ ਸ਼ੁਭਕਰਨ ਦੀ ਮੌਤ ਉਸ ਤੋਂ علاوہ ਬਹੁਤ ਸਾਰੇ ਕਿਸਾਨ ਵੀ ਜਰ ਹੋਏ ਜ਼ਖਮੀ ਹੋਏ ਔਰ ਬਹੁਤ ਸਾਰੇ ਪੁਲਿਸ ਵਾਲੇ ਵੀ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਜਿਹੜਾ ਸਾਰੀ ਘਟਨਾ ਦਾ ਨੋਟਿਸ ਹੈ ਹਾਈ ਕੋਰਟ ਨੇ ਵੀ ਬੜੀ ਸੀਰੀਅਸ ਲਿਆ ਹੈ ਔਰ ਉਹ ਲੈ ਕੇ ਸੀਰੀਅਸਲੀ ਉਸ ਨੂੰ ਜੁਡੀਸ਼ੀਅਲ ਇਨਕੁਆਇਰੀ ਆਰਡਰ ਕੀਤੀ ਹੈ ਇੱਕ ਰਿਟਾਇਰਡ ਹਾਈ ਕੋਰਟ ਦੇ ਅੰਡਰ ਗਰੁੱਪ ਕਮੇਟੀ ਬਣਾ ਕੇ ਤੇ ਮੈਨੂੰ ਉਮੀਦ ਹੈ ਕਿ ਉਹਦੇ ਅੰਦਰ ਹੁਣ ਸਾਰਾ ਸੱਚ ਕੀ ਹੈ ਤੇ ਝੂਠ ਕੀ ਹੈ ਉਹ ਬਾਹਰ ਆਏਗਾ ਪਰ ਔਨ ਦਾ ਹੋਲ ਜਿਹੜੀ ਇਹ ਮੂਵਮੈਂਟ ਹੈ ਐ ਲੱਗ ਰਿਹਾ ਕਿ ਇੱਕ ਗਲਤ ਟਰਨ ਲੱਗ ਗਈ ਹੈ ਔਰ ਜੇਕਰ ਇਹਨੂੰ ਠੀਕ ਦੁਬਾਰਾ ਲੀਡ ਉਤੇ ਨਹੀਂ ਲਿਆ ਜਾਂਦਾ ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਇਹ ਮੁਸ਼ਕਲ ਚਲਦੀ ਰਹੇਗੀ ਜ਼ਿੰਮੇਦਾਰ ਕਿੰਨੂੰ ਮੰਨਦੇ ਹੋ ਭਾਵੇਂ ਸ਼ੁਭਕੰਡ ਦੀ ਮੌਤ ਹੋਵੇ ਕਿਸਾਨ ਪ੍ਰੀਤਪਾਲ ਨੂੰ ਕਾਫੀ ਇੰਜਰੀਜ਼ ਆਈ ਉਹਦੇ ਲੈ ਕੇ ਵੀ ਹਾਈ ਕੋਰਟ ਵਿੱਚ ਮਸਲਾ ਹੈ ਤੁਸੀਂ ਕਹਿੰਦੇ ਸੀ ਮੂਵਮੈਂਟ ਸ਼ੁਰੂ ਕੁਝ ਹੋਰ ਹੋਈ ਸੀ ਹੁਣ ਕੁਝ ਹੋਰ ਹੈ ਦੇਖੋ ਜਿਸ ਤਰ੍ਹਾਂ ਦੇਖੋ ਅਥਕੀ ਕੀ ਹੋਇਆ ਇੱਕ ਫਰਕ ਕਿ ਅਨਔਫਲ ਅਸੈਂਬਲੀ ਕਿਉਂਕਿ ਉਹਨਾਂ ਨੇ ਪਹਿਲਾਂ ਅਨਾਉਂਸ ਕੀਤਾ ਸੀ ਪਿਛਲੀ ਵਾਰ ਦੀ ਐਜੀਟੇਸ਼ਨ ਦਾ ਪੁਲਿਸ ਵਾਲਿਆਂ ਨੂੰ ਐਕਸਪੀਰੀਅੰਸ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਨ ਲੌਫਲ ਅਸੈਂਬਲੀ ਨੂੰ ਇਕੱਠੇ ਨਾ ਹੋਣ ਦਿੱਤਾ ਜਾਏ ਹਰ ਪੁਲਿਸ ਕੋਸ਼ਿਸ਼ ਕਰਦੀ ਹੈ ਔਰ ਵਾਰਨ ਕਰਦੀ ਹੈ ਉਹਦੇ ਲਈ ਬੈਰੀਕੇਡ ਜਾਂ ਕੋਈ ਉਹ ਲਾਉਂਦੀ ਹੈ ਤਾਂ ਕਿ ਉਹਨਾਂ ਨੂੰ ਰੋਕਿਆ ਜਾਵੇ ਅੱਛਾ ਦੂਸਰਾ ਕਦੇ ਵੀ ਜਿਹੜੇ ਡਿਮੋਨਸਟ੍ਰੇਟਰ ਨੇ ਉਹ ਡਿਮੋਨਸਟ੍ਰੇਸ਼ਨ ਲਈ ਜਾਂਦੇ ਨੇ ਜਾਂ ਪ੍ਰੋਟੈਸਟ ਲਈ ਜਾਂਦੇ ਨੇ ਉਹ ਇੱਕ ਜੰਗਲ ਲਈ ਨਹੀਂ ਜਾਂਦੇ ਤੁਸੀਂ ਐਦੇ ਵੀ ਅੰਦਰ ਜੇ ਤੁਸੀਂ ਦੇਖੋਗੇ ਨਾ ਤੇ ਹਥਿਆਰ ਵੀ ਹੈਗੇ ਆ ਤੁਸੀਂ ਐ ਗਲਤ ਗਾਈਡੈਂਸ ਹੈ ਪਿਛਲੀ ਉਹਦੇ ਅੰਦਰ ਤੁਹਾਨੂੰ ਹਥਿਆਰ ਨਹੀਂ ਸੀ ਦੱਸਣਗੇ ਪਿਛਲੀ ਜਿਹੜੀ ਐਜੀਟੇਸ਼ਨ ਸੀ ਉਹਦੇ ਅੰਦਰ ਉਹ ਇੱਕ ਬੜੀ ਸੁਲਝੀ ਹੋਈ ਸ਼ਾਂਤ ਐਜੀਟੇਸ਼ਨ ਸੀ ਇਹਦੇ ਅੰਦਰ 扬 ਬਲੱਡ ਜ਼ਿਆਦਾ ਲਹਿਾਂਦਾ ਗਿਆ ਤੁਸੀਂ ਕਹਰੋ ਕਿ ਜਿਹੜੇ ਆਗੂ ਨੇ ਉਹ ਸੰਭਾਲ ਨਹੀਂ ਪਾਰੇ ਜਾਂ ਉਹ ਉਹ ਸਹੀ ਗਾਈਡੈਂਸ ਨਹੀਂ ਦੇ ਪਾਏ ਵੇਖੋ ਜਦੋਂ ਵੀ ਕੋਈ ਆਗੂ ਕਿਸੇ ਚੀਜ਼ ਨੂੰ ਲੀਡ ਕਰਦਾ ਹੈ ਜ਼ਿੰਮੇਵਾਰੀ ਆਗੂ ਦੀ ਹੁੰਦੀ ਹੈ ਇਹ ਆਗੂ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖੇ ਕਿਸ ਤਰ੍ਹਾਂ ਜਾਣਾ ਹੈ ਉਹ ਸਾਰਾ ਤੈਅ ਕਰੇ ਔਰ इवन ਪੁਲਿਸ ਨਾਲ ਤੁਸੀਂ ਜਨਰਲੀ ਫਿਕਸ ਹੁੰਦਾ ਜੀ ਬਸ ਇੱਥੇ ਆਵਾਂਗੇ ਇੱਥੇ ਤੱਕ ਆ ਕੇ ਅਸੀਂ ਬੈਠ ਜਾਵਾਂਗੇ ਅਸੀਂ ਆਪਣਾ ਧਰਨਾ ਮਾਰਾਂਗੇ ਤੇ ਔਰ ਇੱਕ ਲਕੀਰ ਹੁੰਦੀ ਹੈ ਆਪਸ ਦੇ ਵਿੱਚ ਜਿਹੜੀ ਜਿਹਨੂੰ ਨਾ ਪੁਲਿਸ ਕਰਾਸ ਕਰਦੀ ਹੈ ਔਰ ਨਾ ਡਿਮੋਨਸਟ੍ਰੇਸ਼ਨ ਕਰਨ ਵਾਲੇ ਕਰਾਸ ਕਰਦੇ ਆ ਔਰ ਆਪਸ ਵਿੱਚ ਕਲੈਸ਼ ਨਹੀਂ ਹੁੰਦਾ ਜਨਰਲੀ ਜੇਕਰ ਪਹਿਲਾਂ ਥੋੜਾ ਜਿਹਾ ਡਿਸਕਸ ਕਰ ਲਿਆ ਜਾਵੇ ਪਰ ਜੇਕਰ ਤੁਸੀਂ ਆ ਸੋਚ ਕੇ ਚੱਲੇ ਹੋ ਕਿ ਅਸੀਂ ਹਥਿਆਰ ਲੈ ਕੇ ਚੱਲੇ ਆ ਅਸੀਂ ਉਹਨੂੰ ਖਤਮ ਕਰ ਦੇਵਾਂਗੇ ਅਸੀਂ ਆ ਕਰ ਦੇਵਾਂਗੇ ਉਲਦੀ ਫਰਮਸ ਦੀ ਜਮਾੜੇ ਨਿਕਲਦੇ ਜਿਹੜੇ ਐਸ ਕੇਸ ਦੇ ਵਿੱਚ ਸ਼ੁਰੂ ਹੋ ਗਿਆ ਔਰ ਹੁਣ ਵੀ ਮੇਰੀ ਉਹਦੇ ਚ ਐ ਰਿਕਵੈਸਟ ਹੈ ਵੀ ਇਹਨਾਂ ਨੂੰ ਹੁਣ ਵੀ ਸੰਭਾਲਣਾ ਚਾਹੀਦਾ ਤਾਂ ਕਿ ਜਿਹੜੇ ਸਾਰਾ ਜਿਹੜਾ ਕੰਟਰੋਲ ਹੈ ਉਹ ਮੌਬ ਦੇ ਹੱਥ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਵਿੱਚ ਵਿਕ ਸਾਬ ਜੋ ਕਿ ਹੋਈ ਜਦੋਂ ਅਸੀਂ ਕੋਰਟ ਦੀ ਕਾਰਵਾਈ ਦੇਖਦੇ ਹਾਂ ਪਟੀਸ਼ਨਾਂ ਆndੀਆਂ ਨੇ ਐਪਲੀਕੇਸ਼ਨਾਂ ਆndੀਆਂ ਨੇ ਉਹਦੇ ਵਿੱਚ ਕਿਹਾ ਜਾਂਦਾ ਕਿ ਪੁਲਿਸ ਟੀਅਰ ਗੈਸ ਛੱਡ ਰਹੀ ਹੈ ਜੀ ਰਬੜ ਬੁਲੇਟਸ ਹੈ ਜੀ ਇੰਜਰੀ ਕਾਫੀ ਹੋਗੀ ਕਿਸਾਨਾਂ ਨੂੰ ਉਹਨਾਂ ਦੇ ਟਰੈਕਟਰ ਤੋੜ ਦਿੱਤੇ ਉਧਰੋਂ ਜੇ ਆਪਾਂ ਪੁਲਿਸ ਵਾਲਾਂ ਦਾ ਜਵਾਬ ਦੇਖੀਏ ਕਿ ਜੀ ਸਾਡੇ 25-30 ਬੰਦੇ ਇੰਜਰਡ ਹੋ ਗਏ ਡੀਐਸਪੀ ਰੈਂਕ ਦੇ ਇੰਜਰਡ ਹੋ ਗਏ ਕਿਸਾਨ ਪੱਥਰਬਾਜ਼ੀ ਕਰਦੇ ਨੇ ਇੱਕ ਦੂਜੇ ਤੇ ਅਲੀਗੇਸ਼ਨ ਹੀ ਅਲੀਗੇਸ਼ਨ ਨੇ ਦੇਖੋ ਉਮੇਸ਼ ਜੀ ਅੰਦਰ ਕੀ ਹੈ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ ਹਰ ਐਕਟੀਵਿਟੀ ਪੁਲਿਸ ਦੀ ਜਾਂ ਕਰਾਊਡ ਦੀ ਇਹ ਵੀਡੀਓ ਰਿਕਾਰਡ ਹੁੰਦੀ ਹੈ ਸਾਰਾ ਹਰ ਚੀਜ਼ ਸਾਹਮਣੇ ਆ ਜਾਂਦੀ ਹੈ ਜੇਕਰ ਤੁਸੀਂ ਉਹ ਸਾਰੀਆਂ ਵੀਡੀਓਗ੍ਰਾਫੀ ਦੇਖੋ ਤੁਸੀਂ ਦੇਖੋਗੇ ਪੱਥਰਬਾਜ਼ੀ ਹੋਈ ਹੈ ਉਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਔਰਤਾਂ ਨੂੰ ਵੀ ਵਿੱਚ ਲੈ ਕੇ ਗਏ ਨੇ ਜਿਹੜਾ ਨਹੀਂ ਕਰਨਾ ਚਾਹੀਦਾ ਕਰਦੀ ਵੀ ਅੱਛਾ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਜਿਹੜੀ ਇਹਦੇ ਵਿੱਚ ਪਿਛਲੀ ਵਾਰੀ ਨਾਲੋਂ ਵੱਖਰੀ ਸੀ ਉਹ ਐਸੀ ਐਂਟੀ ਨੈਸ਼ਨਲ ਸਲੋਗਨਸ ਖਾਲਸ ਆਂਦਰ ਸਲੋਗਨ ਬੜੇ ਲੱਗੇ ਆ ਜਿਹੜੇ ਨਹੀਂ ਸੀ ਲਖਣੇ ਚਾਹੀਦੇ ਔਰ ਕਿਸਾਨਾਂ ਉਸੇ ਜਿਹੜਾ ਕਿਸਾਨੀ ਅੰਦੋਲਨ ਸੀ ਪਿਛਲੀ ਵਾਰੀ ਵੀ ਵਿੱਚ ਗਲਤ ਲੋਕਾਂ ਨੇ ਜਿਹੜੇ ਐਂਟੀ ਨੈਸ਼ਨਲ ਲੋਕ ਆਪਣੇ ਏਜੰਡਾ ਲੈ ਕੇ ਵਿੱਚ ਵੜ ਜਾਂਦੇ ਆ ਜਿਲਬਾਰ ਵੀ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇੰਨਾ ਅੱਗੇ ਨਹੀਂ ਆ ਸਕੇ ਸੀ ਐਤਕਿ ਜਿਸ ਤਰ੍ਹਾਂ ਦੇ ਨਾਰੇ ਲੱਗੇ ਨੇ ਤੇ ਮੇਰਾ ਆਪਣਾ ਖਿਆਲ ਹੈ ਕਿ ਜਿਹੜਾ ਕਿਸਾਨ ਨਹੀਂ ਲੀਡਰਸ਼ਿਪ ਸੀ ਉਹਨਾਂ ਨੂੰ ਇਹੋ ਜਿਹਾਂ ਗਰੁੱਪਸ ਜਿਹੜੇ ਵਿੱਚ ਆਵੜੇ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਆਈਸੋਲੇਟ ਕਰ ਦੇਣਾ ਚਾਹੀਦਾ ਵੱਖਰੇ ਕਰ ਦੇਣਾ ਚਾਹੀਦਾ ਵਿੱਚੋਂ ਕੱਢ ਦੇਣਾ ਚਾਹੀਦਾ ਅੱਛਾ ਦੂਸਰਾ ਉਹਦੇ ਅੰਦਰ ਇੱਕ ਚੀਜ਼ ਹੋਰ ਤੁਸੀਂ ਤੁਸੀਂ ਵੀ ਨੋਟਿਸ ਕੀਤੀ ਹੋਣੀ ਆ ਇੱਕ ਬੜਾ ਸੀਨੀਅਰ ਕਿਸਾਨ ਲੀਡਰ ਜਦੋਂ ਮੀਡੀਆ ਨਾਲ ਗੱਲ ਕਰ ਰਿਹਾ ਸੀ ਉਹਨੇ ਉਹਦੇ ਵਿੱਚ ਕਿਹਾ ਨਾਮ ਲੈ ਦੀ ਜੇ ਡੱਲੇਵਾਲ ਦੀ ਡੱਲੇਵਾਲ ਜੀ ਕਰ ਰਿਹਾ ਸੀ ਆ ਉਹਦੇ ਅੰਦਰ ਕੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦਾ ਗ੍ਰਾਫ ਜਿਹੜਾ ਸੀ ਉਹ ਰਾਮ ਮੰਦਰ ਤੋਂ ਬਾਅਦ ਬਹੁਤ ਉੱਚਾ ਚਲਾ ਗਿਆ ਤੇ ਉਹਨੂੰ ਥੱਲੇ ਲਿਆਉਣਾ ਜ਼ਰੂਰੀ ਹੈ ਤੁਸੀਂ ਕੀ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਜਾਂ ਐਜੀਟੇਸ਼ਨ ਮਣਾ ਕੇ ਕਿਸਾਨੀ ਦੇ ਮੁੱਦੇ ਨੂੰ ਸਾਹਮਣੇ ਰੱਖ ਕੇ ਕਰ ਰਹੇ ਹਾਂ ਉਹ ਪੋਲਿਟੀਕਲ ਗ੍ਰਾਫ ਥੱਲੇ ਲਿਆਉਣ ਲਈ ਕਰ ਰਹੇ ਹਾਂ ਕੀ ਸਾਡਾ ਏਜੰਡਾ ਪੋਲਿਟੀਕਲ ਹੈ ਅਸੀਂ ਕੋਈ ਹਿਡਨ ਅਜੰਡੇ ਨਾਲ ਜਾ ਰਹੇ ਹਾਂ ਉੱਥੇ ਤੁਸੀਂ ਇਹ ਜੋ ਵੀ ਕੀਤਾ ਜਾ ਰਿਹਾ ਹੈ ਗਲਤ ਹੈ ਔਰ ਜਿਹੜੇ 32 ਦੇ ਕਰੀਬ ਦੇ ਯੂਨੀਅਨ ਨੇ ਸਿਰਫ ਦੋ ਜਾ ਰਹੀਆਂ ਨੇ ਤੇ ਮੇਰੇ ਖਿਆਲ ਦੇ ਵਿੱਚ ਆ ਉਹ ਸ਼ਾਇਦ ਹਿਡਨ ਅਜੰਡੇ ਨਾਲ ਜਾ ਰਹੀ ਹੈ ਤੁਸੀਂ ਤੁਸੀਂ ਇਹ ਗੱਲ ਕਹੀ ਕਿ ਡੱਲੇ ਵਾਲ ਨੂੰ ਸੁਣਿਆ ਸਭ ਨੇ ਸੀਗਾ ਉਹਨਾਂ ਨੇ ਅਗਲੇ ਦਿਨ ਸਫਾਈ ਵੀ ਦਿੱਤੀ ਨਿਊਜ਼ 18 ਤੇ ਵੀ ਬਾਕੀ ਚੈਨਲਾਂ ਤੇ ਵੀ ਤੁਹਾਨੂੰ ਲੱਗਦਾ ਕਿ ਜਦੋਂ ਇਹ ਸਟੇਟਮੈਂਟ ਆ ਗਈ ਉਸ ਤੋਂ ਬਾਅਦ ਹੀ ਇਹ ਸਾਰੀ ਮੂਵਮੈਂਟ ਦਾ ਰੁਖ ਪਲਟ ਗਿਆ ਜਾਂ ਇਹ ਜਿਹੜੀ ਸਟੇਟਮੈਂਟ ਆਪਣੇ ਆਪ ਵਿੱਚ ਬਹੁਤ ਆਪਣੇ ਆਪ ਇੱਕ ਆंदोलਨ ਦਾ ਰੁਖ ਚੇਂਜ ਕਰ ਗਈ ਨਹੀਂ ਦੇਖੋ ਤੁਸੀਂ ਇੱਕ ਚੀਜ਼ ਯਾਦ ਰੱਖੋ ਕਿ ਥੋੜੀ ਦੇਰ ਬਾਅਦ ਲੋਕ ਸਭਾ ਦੇ ਇਲੈਕਸ਼ਨ ਆ ਰਹੀਆਂ ਤੇ ਉਹਦੇ ਅੰਦਰ ਮੈਨੂੰ ਇਹ ਲੱਗਦਾ ਕਿ ਆਪਸ ਦੀ ਯੂਨੀਅਨ ਦਾ ਜਿਹੜਾ ਆਪਸ ਅੰਡਰਸਟੈਂਡਿੰਗ ਸੀ ਉਹਨੂੰ ਤੋੜ ਕੇ ਆਪਸ ਦਾ ਜਿਹੜਾ ਇੱਕ ਫੈਸਲਾ ਸੀ ਉਹਨੂੰ ਤੋੜ ਕੇ ਵੱਖਰੇ ਇੱਕ ਗਰੁੱਪ ਦੇ ਚੱਲ ਪੈਂਦਾ ਹੈ ਤੇ ਆਬਵੀਅਸਲੀ ਬੋਲੇ ਜੰਡਾ ਪੋਲਿਟਿਕਲ ਤੋਂ ਅਨੁਮੋਨਾ ਦੀਆਂ ਗੱਲਾਂ ਤੋਂ ਮੈਂ ਨਹੀਂ ਕਹਿ ਰਿਹਾ ਉਹਨਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਦੂਸਰਾ ਜਿਸ ਤਰ੍ਹਾਂ ਦੀਆਂ ਦਾ ਵਾਇਲੈਂਸ ਸਾਹਮਣੇ ਆਇਆ ਔਰ ਜਿਸ ਸੀਰੀਅਸਲੀ ਹਾਈ ਕੋਰਟ ਨੇ ਉਹਦਾ ਨੋਟਿਸ ਲਿਆ ਤੇ ਮੈਨੂੰ ਇਹ ਲੱਗਦਾ ਕਿ ਉਹਦੇ ਅੰਦਰ ਡੈਫੀਨਿਟਲੀ ਬੜੀਆਂ ਗਲਤੀਆਂ ਹੋਈਆਂ ਨੇ ਜਿਹੜੀਆਂ ਜਿਹਦੇ ਲਈ ਲੀਡਰਸ਼ਿਪ ਜ਼ਿੰਮੇਵਾਰ ਹੈ ਔਰ ਹੁਣ ਵੀ ਵਕਤ ਹੈ ਕਿ ਆਪਣੀ ਮੂਵਮੈਂਟ ਨੂੰ ਸ਼ਾਂਤ ਬਣਾ ਕੇ ਕਰ ਲੈਣ ਉਹਦੇ ਅੰਦਰ ਜਿਹੜੀਆਂ ਐਗਰੈਸਿਵ ਤੇ ਵਾਇਲੈਂਟ 엘ਿਮੈਂਟਸ ਨੇ ਜਾਂ ਕਹਿਰ ਜ਼ਿੰਮੇਵਾਰ 엘ਿਮੈਂਟਸ ਹੈਗੀਆਂ ਜਾਂ ਕੋਈ ਦੇਸ਼ ਵਿਰੋਧੀ ਗਰੁੱਪ ਜਿਹੜੇ ਵੱੜ ਗਏ ਨੇ ਉਹਨਾਂ ਨੂੰ ਵੱਖਰਾ ਕਰਕੇ ਵਿੱਚੋਂ ਆਉਣ ਨਾ ਆਉਣ ਦਿੱਤਾ ਜਾਵੇ ਤਾਂ ਕਿ ਜਿਹੜੀ ਮੂਵਮੈਂਟ ਹੈ ਅੱਗੇ ਵਾਂਗੂ ਸ਼ਾਂਤ ਤਰੀਕੇ ਨਾਲ ਚੱਲੇ ਇੱਕ ਹੋਰ ਵੀ ਇੱਕ ਚੀਜ਼ ਹੈ ਕਿ ਅਸੀਂ ਕਿਸਾਨਾਂ ਦੀਆਂ ਡਿਮਾਂਡਸ ਦੇ ਵਿਰੁੱਧ ਨਹੀਂ ਆ ਤੁਸੀਂ ਕਿਸਾਨਾਂ ਦੀਆਂ ਮੁੱਢੀਆਂ ਡਿਮਾਂਡਸ ਨੇ ਜਿਹੜੀਆਂ ਜਾਇਜ਼ ਨੇ ਔਰ ਮੰਨੀਆਂ ਜਾਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਹਿੰਸਾ ਜਾਂ ਐਸਾ ਦਾ ਜਿਹੜੇ ਐਂਟੀ ਨੈਸ਼ਨਲ ਫੋਰਸਸ ਨੇ ਉਹਨਾਂ ਨੂੰ ਨਾਲ ਲੈ ਕੇ ਪੂਰੀ ਕਰਾਉਣਾ ਜਿਹੜਾ ਉਹ ਇੱਕ ਬੜੀ ਵੱਡੀ ਗਲਤੀ ਹੈ ਉਹ ਨਹੀਂ ਹੋਣਾ ਚਾਹੀਦਾ ਨਿਕ ਸਾਹਿਬ ਜਿਹੜੀ ਐਂਟੀ ਨੈਸ਼ਨਲ ਗਰੁੱਪਸ ਨੇ ਜਾਂ ਇਹ ਜਿਹੜੇ ਪ੍ਰੋਟੈਸਟਾਂ ਵਿੱਚ ਇਹ ਵੜਦੇ ਨੇ ਪਤਾ ਤਾਂ ਸਾਰ ਨੂੰ ਹੁੰਦਾ ਕਿ ਤੁਸੀਂ ਕਿਹਾ ਕਿ ਲੀਡਰਸ਼ਿਪ ਦੀ ਰਿਸਪੌਂਸਿਬਿਲਟੀ ਆਗੂ ਦੀ ਰਿਸਪੌਂਸਿਬਿਲਟੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹ ਇਹ ਜਿਹੜੇ ਐਂਟੀ ਨੈਸ਼ਨਲ ਗਰੁੱਪ ਨੇ ਜਾਂ ਤੁਸੀਂ ਕਿਹਾ ਕਿ ਖਾਲਿਸਤਾਨ ਦੇ ਸਲੋਗਨ ਦੀ ਗੱਲ ਕੀਤੀ ਏ ਦੇਖਦੇ ਨੇ ਪ੍ਰੋਟੈਸਟਾਂ ਨੂੰ ਵੀ ਹਾਂ ਇਹ ਰਾਈਟ ਟਾਈਮ ਹੈ ਔਰ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਭੜਕਾ ਕੌਣ ਰਿਹਾ ਹੈ ਯਾ ਇਹ ਗਰੁੱਪਾਂ ਨੂੰ ਕੌਣ ਸਪੋਰਟ ਕਰਦਾ ਨਹੀਂ ਦੇਖੋ ਇਹੋ ਜਿਹੇ ਜਿਹੜੇ ਗਰੁੱਪ ਹੁੰਦੇ ਨੇ ਉਹ ਹਮੇਸ਼ਾ ਇਹ ਹੁਜੇ ਮੌਕੇ ਦੀ ਭਾਲ ਵਿੱਚ ਹੁੰਦੇ ਆ ਕਿ ਜਦੋਂ ਕੋਈ ਮੌਕਾ ਮਿਲੇ ਉਹਦੇ ਵਿੱਚ ਅਸੀਂ ਆਪਣੀ ਰੋਟੀ ਸੇਕ ਲਈਏ ਜਦੋਂ ਪਿਛਲੀ ਵੈਜੀਟੇਸ਼ਨ ਵੀ ਹੋਈ ਸੀ ਉਹਦੇ ਅੰਦਰ ਕੁਝ ਗਰੁੱਪ ਬਾਹਰੋਂ ਆਏ ਸੀ ਜਿਨ੍ਹਾਂ ਨੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਹਨਾਂ ਨੂੰ ਜ਼ਿਆਦਾ ਸਫਲਤਾ ਨਹੀਂ ਸੀ ਮਿਲੀ ਔਰ ਇਹਤਕੀ ਮਿਆਂਾ ਨੇ ਹਾਲ ਤੱਕ ਸਫਲਤਾ ਪੂਰੀ ਤਰ੍ਹਾਂ ਨਹੀਂ ਮਿਲੀ ਪਰ ਇਹ ਇੱਕ ਦੇ ਵਿੱਚ ਸਫਲ ਹੋ ਗਏ ਪਰ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਹਿੰਸਾ ਕਰਾ ਦਿੱਤੀ ਸ਼ੁਰੂ ਦੇ ਵਿੱਚ ਹੀ ਪੱਥਰਬਾਜ਼ੀ ਹੋ ਗਈ ਸ਼ੁਰੂ ਚ ਲਾਠੀ ਚਾਰਜ ਹੋ ਗਏ ਸ਼ੁਰੂ ਚ ਟੀਅਰ ਗੈਸ ਹੋ ਗਈ ਸ਼ੁਰੂ ਚ ਇੱਕ ਕਿਸਾਨ ਦੀ ਮੌਤ ਹੋ ਗਈ ਤੇ ਉਹਦੇ ਵਿੱਚ ਇੱਕ ਹਿੰਸਕ ਵਲਣ ਮਿਲ ਗਿਆ ਇਹਨਾਂ ਨੂੰ ਟਰਨ ਮਿਲ ਗਿਆ ਜਿਹੜਾ ਬਹੁਤ ਮਾੜੀ ਚੀਜ਼ ਹੈ ਔਰ ਉਹ ਜ਼ਰੂਰੀ ਹੈ ਕਿ ਜਿਹੜੀ ਇੱਕ ਮੂਵਮੈਂਟ ਹੈ ਇਹਨੂੰ ਸ਼ਾਂਤ ਰੱਖਿਆ ਜਾਏ ਔਰ ਤਾਂ ਕਿ ਕਿਸਾਨੀ ਇੱਕ ਸ਼ਾਂਤ ਮੂਵਮੈਂਟ ਦੇ ਨਾਲ ਆਪਣਾ ਜੋ ਵੀ ਕਰਨਾ ਚਾਹੁੰਦੀ ਹੈ ਕਰ ਲੇ ਔਰ ਸ਼ਾਂਤ ਮੂਵਮੈਂਟ ਸਰਕਾਰ ਨੂੰ ਵੀ ਕੋਈ ਕਰਦੇ ਕੋਈ ਇਤਰਾਜ਼ ਨਹੀਂ ਹੋਏਗਾ। ਮਿਕਸ ਸਾਹਿਬ ਤੁਸੀਂ ਦੋ ਦੋ ਸਟੇਟਾਂ ਦੇ ਡੀਜੀਪੀ ਰਹੇ ਹੋ ਇੰਨੀ ਲੰਬੀ ਤੁਹਾਡੀ ਸਰਵਿਸ ਰਹੀ ਹੈ ਮਹਾਰਾਸ਼ਟਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੁਹਾਡੇ ਟਾਈਮ ਵਿੱਚ ਕਾਫੀ ਇਹ ਪ੍ਰੋਟੈਸਟ ਹੁੰਦੇ ਰਹੇ ਹੋਣੇ ਤੁਸੀਂ ਮੌਕੇ ਤੇ ਵੀ ਜਾਂਦੇ ਰਹੇ ਹੋਣੇ ਭਾਵੇਂ ਜੇ ਐਸਐਸਪੀ ਐਸਪੀ ਜਦੋਂ ਵੀ ਤੁਹਾਡੀ ਸਰਵਿਸ ਰਹੀ ਕੋਈ ਇਹੋ ਜਿਹਾ ਤਾਨੂੰ ਯਾਦ ਆਂਦਾ ਹੈ ਕਿ ਕੋਈ ਐਜਾ ਪ੍ਰੋਟੈਸਟ ਜਿਹਦੇ ਵਿੱਚ ਤੁਸੀਂ ਸਮਝਾ ਕੇ 부ਝਾ ਕੇ ਔਰ ਸਾਡੀ ਪੁਲਿਸ ਫੋਰਸ ਨੇ ਵੀ ਬਹੁਤ ਇੱਕ ਸਬਰ ਨਾਲ ਕਿਉਂਕਿ ਫੋਰਸ ਨੂੰ ਕਹਿੰਦੇ ਵੀ ਸਬਰ ਹੋਣਾ ਚਾਹੀਦਾ ਨਹੀਂ ਦੇਖੋ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਕਿ ਕਲੈਸ਼ਸ ਹੋ ਜਾਂਦੇ ਆ ਤੁਸੀਂ ਕਈ ਵਾਰੀ ਲੀਡਰਾਂ ਦੇ ਹੱਥੋਂ ਗੱਲ ਬਾਹਰ ਚਲੀ ਜਾਂਦੀ ਆ ਕੋਈ ਐਸਾ ਇਨਸੀਡੈਂਟ ਨਹੀਂ ਹੈ ਗਿਆ ਪੂਨੇ ਦੇ ਵਿੱਚ ਕਈ ਵਾਰੀ ਫਾਇਰਿੰਗ ਇੱਕ ਵਾਰੀ ਹੋਈ ਇੰਡਸਟਰੀਅਲ ਏਰੀਆ ਦੇ ਵਿੱਚ ਪਰ ਬੜੀ ਜਲਦੀ ਅਸੀਂ ਸਿਚੁਏਸ਼ਨ ਕੰਟਰੋਲ ਕਰਕੇ ਤੇ ਉਹ ਇੱਕੋ ਹੀ ਇਨਸੀਡੈਂਟ ਸੀ ਜਿਹਦੇ ਵਿੱਚ ਮੈਂ ਦੇਖਿਆ ਹੈ ਕਿ ਹਾਲਾਤ ਦਾ ਉਸ ਦਿਨ ਵੀ ਇੱਕ ਉਸ ਦਿਨ ਇੱਕ ਇਲੈਕਸ਼ਨ ਹੋਣੀ ਸੀ ਕਾਰਪੋਰੇਸ਼ਨ ਦੀ ਇਲੈਕਸ਼ਨ ਤੇ ਜਿਹਦੇ ਕਰਕੇ ਪੁਲਿਸ ਫੋਰਸ ਕਿਤੇ ਹੋਰ ਕਮਿਟਡ ਸੀ ਜਿਹਦੇ ਕਰਕੇ ਜਿਹੜੇ ਗਲਤ ਅਨਸਰ ਸੀ ਉਹਨਾਂ ਨੇ ਇੱਕ ਫਾਇਦਾ ਉਠਾਇਆ ਸੀ ਤੇ ਗਲਤ ਅਨਸਰ ਹਮੇਸ਼ਾ ਹਾਲਾਤ ਦਾ ਫਾਇਦਾ ਉਠਾਉਂਦੇ ਨੇ ਔਰ ਜਿਹੜਾ ਇੱਥੇ ਵੀ ਮੈਨੂੰ ਨਜ਼ਰ ਆ ਰਿਹਾ ਐਸ ਮੂਮੈਂਟ ਦੇ ਵਿੱਚ ਵੀ ਜਿਹੜਾ ਹੁਣ ਇਹ ਮੰਨਫਾਗੀ ਘਟਨਾ ਹੋਈ ਹੈ 21 ਫਰਵਰੀ ਨੂੰ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੇ ਗਲਤ ਅਨਸਰ ਵਿੱਚ ਵੜ ਗਏ ਸੀ ਫਰਮਰ ਲੀਡਰਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਫੋਰਸਸ ਨੂੰ ਪਛਾਣਨ ਔਰ ਉਹਨਾਂ ਨੂੰ ਨਾਲ ਲੈਣ ਤੋਂ ਗੁਰੇਜ਼ ਕਰਨ ਬਿਲਕੁਲ ਮਿਕਸ ਸਾਹਿਬੀ ਕਹਲੇ ਵੀ ਚਲਦੀ ਹੈ ਚਰਚਾ ਵਿੱਚ ਕਿ ਆਗੂ ਹੈ ਆਗੂ ਲੀਡ ਕਰਦੇ ਹੈ ਤੁਸੀਂ ਵੀ ਕਿਹਾ ਲੇਕਿਨ ਅੱਗੇ ਯੂਥ ਕੀਤਾ ਹੋਇਆ ਹੈ ਕਿ ਯੂਥ ਹੈ ਉਹਨਾਂ ਕੋਲ ਪਾਵਰ ਹੈ ਉਹਨਾਂ ਕੋਲ ਐਗਰੈਸ਼ਨ ਹੈ ਉਹਨਾਂ ਦੀ ਐਗਰੈਸਿਵਨੈਸ ਦਾ ਵੀ ਫਾਇਦਾ ਕਿ ਯੂਥ ਨੂੰ ਅੱਗੇ ਰੱਖੋ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਯੂਥ ਜਿਹੜਾ ਉਹਦੀ એનર્ਜੀ ਨੂੰ ਸਹੀ ਚੈਨਲਾਈਜ਼ ਕਰਨਾ ਚਾਹੀਦਾ ਪਰ ਲੇਕਿਨ ਤੁਸੀਂ ਪੰਜਾਬ ਦੇ ਪ੍ਰੋਟੈਸਟ ਕਿਵੇਂ ਅਲੱਗ ਹੋ ਗਏ ਕਿ ਹਿੰਸਾ ਹੋ ਜਾਂਦੀ ਹੈ ਉਹੀ ਤੁਹਾਨੂੰ ਦੱਸਿਆ ਕਿ ਐਹੀ 메ਜਰ ਵੱਡਾ ਫਰਕ ਸੀ ਜਿਹੜਾ ਪਿਛਲੀ ਐਜੀਟੇਸ਼ਨ ਔਰ ਐਸ ਐਜੀਟੇਸ਼ਨ ਵਿੱਚ ਆ ਪਿਛਲੀ ਵਾਰੀ ਜਿਹੜੀ ਮੈਚੋਰ ਲੀਡਰਸ਼ਿਪ ਸੀ ਉਹ ਸਾਰੀ ਐਜੀਟੇਸ਼ਨ ਉਹਨਾਂ ਨੇ ਲੀਡ ਕੀਤੀ ਸੀ ਇਹਦੇ ਅੰਦਰ ਸ਼ੁਰੂ ਦੇ ਵਿੱਚ ਜਿਹੜੇ 2-4 ਦਿਨ ਸੀ ਉਹਨਾਂ ਦੇ ਵਿੱਚ ਜਿਹੜਾ ਯੰਗ ਗਰੁੱਪ ਸੀ ਉਹ ਅੱਗੇ ਆ ਗਿਆ ਉਹਨਾਂ ਉੱਤੇ ਕੰਟਰੋਲ ਕੋਈ ਨਹੀਂ ਰਿਹਾ ਅਰ ਸਾ ਦੂਸਰਾ ਉਦੇਸ਼ ਜੀ ਵੀ ਸ਼ਾਇਦ ਜਿਹੜਾ ਹਿਡਨ ਏਜੰਡਾ ਸੀ ਵੀ ਅਸੀਂ ਫਰਾਣੇ ਦਾ ਗਰਾਫ ਡਾਊਨ ਕਰਨਾ ਹੈ ਤੇ ਸ਼ਾਇਦ ਉਸ ਕਰਕੇ ਇਹਨਾਂ ਨੇ ਆਪ ਯੰਗ ਬਲੱਡ ਨੂੰ ਅੱਗੇ ਵੀ ਕਰ ਦਿੱਤਾ ਹੋਏ ਤੇ ਮੇਰਾ ਆਪਣਾ ਖਿਆਲ ਹੈ ਕਿ ਜੋ ਕੀਤਾ ਹੋਇਆ ਇਹ ਮਾੜਾ ਸੀ ਔਰ ਦੁਬਾਰਾ ਇਹਦੀ ਰੈਪਿਟੀਸ਼ਨ ਨਹੀਂ ਹੋਣੀ ਚਾਹੀਦੀ ਔਰ ਨਾ ਹੋਣ ਦੇਣੀ ਚਾਹੀਦੀ ਹੈ ਔਰ ਕੋਸ਼ਿਸ਼ ਕਰਕੇ ਜੀ ਇਹਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਕੋਰਟ ਨੇ ਵੀ ਕਿਹਾ ਕਿ ਜਦੋਂ ਸ਼ੁਭਕਰਨ ਦੀ ਡੈਥ ਹੋਈ ਹੈ ਸਰਕਮਟਾਂਸਿਸ ਕੀ ਸੀਗੇ ਔਰ ਜਿਹੜਾ ਉਸ ਦਿਨ ਫੋਰਸ ਦਾ ਯੂਜ਼ ਕੀਤਾ ਗਿਆ ਕਿ ਆ ਉਹ ਜ਼ਰੂਰੀ ਸੀ ਔਰ ਇਹ ਵੀ ਕਿਹਾ ਗਿਆ ਕਿਹੜਾ ਵੈਪਨ ਸੀ ਕਿਹੜੀ ਬੁਲੇਟ ਸੀ ਪੁਲਿਸ ਵੀ ਕਿਥੇ ਨਾ ਕਿਥੇ ਸਵਾਲਾਂ ਚ ਘੇਰੇ ਚ ਦੇਖੋ ਐਦਾ ਹੁੰਦਾ ਕਿ ਫੋਰਸ ਜਦੋਂ ਯੂਜ਼ ਕਰੋ ਤੇ ਉਹਦੇ ਅੰਦਰ ਕਈ ਵਾਰੀ ਉਹ ਜਿਹੜੀ ਉਸ ਵੇਲੇ ਸਿਚੁਏਸ਼ਨ ਬਣ ਜਾਂਦੀ ਹੈ ਬਾਅਦ ਵਿੱਚ ਉਹਨੂੰ ਇਮੇਜਿਨ ਕਰਨਾ ਔਖਾ ਹੁੰਦਾ ਹੈ ਹਾਲਾਂਕਿ ਹੁਣ ਵੀਡੀਓ ਰਿਕਾਰਡਿੰਗਸ ਵਗੈਰਾ ਹੋ ਜਾਂਦੀਆਂ ਨੇ ਤੇ ਜੇਕਰ ਤੁਸੀਂ ਉਹ ਪੁਰਾਣੇ ਵੀਡੀਓ ਰਿਕਾਰਡਿੰਗਸ ਦੇਖੋ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਵੱਡਾ ਹਜੂਮ ਸੀ ਔਰ ਪੱਥਰ ਮਾਰ ਰਹੇ ਸਨ ਅੱਛਾ ਹੁਣ ਉਸੇ ਕੀ ਹੁੰਦਾ ਜਦੋਂ ਪੱਥਰ ਜਾਂਦੇ ਆ ਵੱਜਦੇ ਆ ਸੱਟਾਂ ਲੱਗਦੀਆਂ ਤੇ ਉਸ ਤੋਂ ਬਾਅਦ ਪੁਲਿਸ ਵੀ ਅੱਗੋਂ ਤਾਕਤ ਦਾ ਇਸਤੇਮਾਲ ਕਰਦੀ ਹੈ ਔਰ ਉਹਨੂੰ ਨਿਊਟਰਲਾਈਜ਼ ਕਰਦੀ ਹੈ ਭਾਵੇਂ ਉਹ ਟੀਅਰ ਗੈਸ ਹੋਏ ਲਾਠੀ ਚਾਰਜ ਹੋਏ ਔਰ ਅਲਟੀਮੇਟਲੀ ਐਕਸਟ੍ਰੀਮ ਹੁੰਦਾ ਗੋਲੀ ਔਰ ਗੋਲੀ ਦੇ ਅੰਦਰ ਇਹ ਬਾਅਦ ਵਿੱਚ ਇੰਪਰੂਵਮੈਂਟਸ ਲਿਆਂਦੀਆਂ ਗਈਆਂ ਵੀ ਨਾਰਮਲ ਗੋਲੀ ਦੀ ਬਜਾਏ ਰਬੜ ਬੁਲੇਟ ਵਰਤੀ ਜਾਏ ਤਾਂ ਕਿ ਡੈਮੇਜ ਘੱਟ ਹੋਵੇ ਕਿੰਨੀ ਕੁ ਮਾਰ ਖੁੰਦੀ ਹੈ ਰਬੜ ਬੁਲੇਟ ਦੀ ਦੇਖੋ ਵੈਲੋਸਿਟੀ ਹਾਈ ਹੁੰਦੀ ਹੈ ਮਗਰ ਕੀ ਹੁੰਦਾ ਰਬਰ ਹੋਣ ਕਰਕੇ ਜਿਹੜੀ ਉਹਦੀ ਡੈਮੇਜਿੰਗ ਕਪੈਸਿਟੀ ਹੈ ਉਹ ਘਟ ਜਾਂਦੀ ਹੈ ਮੈਟਲ ਕਿੱਥੇ ਤੇ ਰਬੜ ਕਿੱਥੇ ਪਰ ਫੇਰ ਵੀ ਜਿਹੜਾ ਵਾਈਟਲ ਆਰਗਨ ਦੇ ਉੱਤੇ ਵੱਜ ਜਾਣਾ ਸਿਰ ਦੇ ਉੱਤੇ ਦਿਲ ਦੇ ਉੱਤੇ ਤੇ ਤਦ ਵੀ ਉਹਦਾ ਜਿਹੜਾ ਨੁਕਸਾਨ ਹੈ ਉਹ ਹੋ ਜਾਂਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਉਹ ਹਾਲਾਤ ਡਿਵੈਲਪ ਨਹੀਂ ਹੋਣ ਦੇਣੇ ਚਾਹੀਦੇ ਔਰ ਦੋਨੋਂ ਸਾਈਡਸ ਪੁਲਿਸ ਵੀ ਔਰ ਕਿਸਾਨ ਲੀਡਰਸ਼ਿਪ ਵੀ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਤਾਂ ਕਿ ਜੋ 21 ਤਰੀਕ ਨੂੰ ਹੋਇਆ ਉਸ ਤਰ੍ਹਾਂ ਦੇ ਹਟਕਣਾਵਾਂ ਨਾ ਹੋਣ ਔਰ ਮਚੂਰ ਲੀਡਰਸ਼ਿਪ ਜੇ ਅੱਗੇ ਚੱਲੇ ਜੋ ਯੰਗ ਬਲੱਡ ਉਹਨੂੰ ਨਾਲ ਪਿੱਛੇ ਫਾਲੋਅਰਸ ਦੇ ਵਿੱਚ ਲਿਆਂਦਾ ਜਾਏ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਘਟਨਾ ਦੁਬਾਰਾ ਨਹੀਂ ਹੋਏਗੀ ਬਹੁਤ ਬਹੁਤ ਸ਼ੁਕਰੀਆ ਬਿਕਸਰ তাইসি কে ফরমার ডিজিপি এসএসwirk ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਕਿਰਸ ਸਰਕਮਟਾਂਸਿਸ ਕੰਮ ਕਰਦੀ ਹੈ ਔਰ ਮੰਦਭਾਗੀ ਘਟਣਾ ਸ਼ੁਕਰਣ ਦੀ ਮੌਤ ਸੱਚਾਈ ਜਿਹੜੀ ਹੈਗੀ ਹੈ ਕਿਉਂਕਿ ਹੁਣ ਤਾਂ ਕਾਫੀ ਟੈਕਨੋਲੋਜੀ ਐਡਵਾਂਸ ਹੈ ਵੀਡੀਓਗ੍ਰਾਫੀ ਹੈ ਹਾਂ ਲੇਕਿਨ ਐਨਾ ਜ਼ਰੂਰ ਕਿਹਾ ਕਿ ਜਿਹੜੀ ਲੀਡਰਸ਼ਿਪ ਹੈ ਕਿਸਾਨੀ ਲੀਡਰਸ਼ਿਪ ਉਹਨੂੰ ਉਸਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਯੂਥ ਨੂੰ ਅੱਗੇ ਕੀਤਾ ਜਾ ਰਿਹਾ ਉਹਨਾਂ ਦਾ ਕਿੱਥੇ ਯੂਜ਼ ਹੈ ਔਰ ਲੀਡਰਸ਼ਿਪ ਹੀ ਰਿਸਪਾਂਸਿਬਲ ਵੀ ਹੁੰਦੀ ਹੈ ਵੀਡੀਓ ਜਰਨਲਿਸ ਅਜੈ ਦੇ ਨਾਲ Umesh Sharma News 18 Chandigarh